ਤੁਸੀਂ ਦੇਖ ਰਹੇ ਹੋ ਕੇਟੀਵੀ ਯੂਕੇ ਤੇ ਮੈਂ ਅਮਦੀਪ ਸਿੰਘ ਕਿਸਾਨੀ ਅੰਦੋਲਨ ਨੂੰ ਫਤਿਹ ਕਰਨ ਤੋਂ ਬਾਅਦ ਅੱਜ ਕਿਸਾਨਾਂ ਨੇ ਪਰਮਾਤਮਾ ਦੇ ਸ਼ੁਕਰਾਨਾ ਕਰਨ ਵਜੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਆ ਮਖੂ ਤਿਕੋਣੀ ਉੱਤੇ ਅਸੀਂ ਖੜੇ ਆ ਜਿੱਥੋਂ ਕਿਸਾਨ ਆਗੂਆਂ ਨੇ ਤੇ ਕਿਸਾਨਾਂ ਨੇ ਇੱਕ ਹੋ ਕੇ ਇਕੱਠੇ ਹੋ ਕੇ ਜਾਣਾ ਆ ਬੋਰਡ ਤੁਸੀਂ ਇੱਧਰ ਲੱਗੇ ਹੋਏ ਦੇਖ ਸਕਦੇ ਹੋ ਕਿ ਐਸਕੇਐਮ ਦੀ ਸਮੁੱਚੀ ਲੀਡਰਸ਼ਿਪ ਦਾ ਮਖੂ ਵਿਖੇ ਪਹੁੰਚਣ ਦਾ ਹਾਰਦਿਕ ਸਵਾਗਤ ਹੈ ਜੀ ਭਾਰਤੀ ਕਿਸਾਨ ਯੂਨੀਅਨ ਰਾਜਿਆਂ ਨੇ ਤੇ ਬੋਰਡ ਲਾਇਆ ਹੋਇਆ ਤੇ ਇੱਧਰਲੇ ਪਾਸੇ ਟਰਾਲੀਆਂ ਟਰੂਲੀਆਂ ਲੈ ਕੇ ਗੱਡੀਆਂ ਲੈ ਕੇ ਕਿਸਾਨ ਤਿਆਰ ਬਰ ਤਿਆਰ ਖੜੇ ਨੇ ਜਾਣ ਵਾਸਤੇ ਸ਼੍ਰੀ ਦਰਬਾਰ ਸਾਹਿਬ ਨੂੰ ਕਿਸਾਨਾਂ ਨੇ ਕਰਨਾ ਪਰਮਾਤਮਾ ਦਾ ਹੁਣ ਸ਼ੁਕਰਾਨਾ ਕਿਉਂਕਿ ਸਿੱਖੀ ਇਸ ਅੰਦੋਲਨ ਦੀ ਰੀੜ ਦੀ ਹੱਡੀ ਰਹੀ ਹੈ ਅਤੇ ਕੇਸਰੀ ਨਿਸ਼ਾਨ ਸਾਹਿਬ ਦੇ ਅਗਵਾਈ 'ਚ ਅੰਦੋਲਨ ਸ਼ੁਰੂ ਹੋਇਆ ਅਤੇ ਉੱਥੇ ਹੁਣ ਜਾ ਕੇ ਪਰਮਾਤਮਾ ਦਾ ਸ਼ੁਕਰਾਨਾ ਸ਼੍ਰੀ ਦਰਬਾਰ ਸਾਹਿਬ ਜਾ ਕੇ ਕਿਸਾਨਾਂ ਨੇ ਅਤੇ ਕਿਸਾਨ ਆਗੂਆਂ ਨੇ ਕਰਨਾ ਆ ਪਿੱਛੇ ਕਿਸਾਨਾਂ ਦੀ ਖੁਸ਼ੀ ਹੈ ਜਿਹੜੀ ਉਹ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਵੇਂ ਜਜ਼ਬੇ ਵਾਲੇ ਮਾਰ ਰਹੇ ਨੇ ਜਿੱਤ ਤੋਂ ਬਾਅਦ ਵੀ ਅਤੇ ਨੱਚ ਨੁੱਚ ਕੇ ਜਿਹੜੇ ਕਿਸਾਨ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ ਅਤੇ ਬਾਈ ਸਾਡੇ ਨਾਲ ਨੌਜਵਾਨ ਵੀਰ ਮੌਜੂਦ ਨੇ ਬਾਈ ਅੰਦੋਲਨ ਜਿੱਤ ਲਿਆ ਆ ਸਭ ਤੋਂ ਪਹਿਲਾਂ ਮਹਿਸੂਸ ਕਿਵੇਂ ਕਰਦੇ ਹੋ ਬਹੁਤ ਖੁਸ਼ੀ ਜੀ ਵਧੀਆ ਜੀ ਪੂਰੀ ਜੀ ਖੁਸ਼ੀ ਸਾਨੂੰ ਦਿਖਦੀ ਹੈ ਡੀਜੇ ਲਾ ਕੇ ਕਿਵੇਂ ਭੰਗੜੇ ਪਾ ਰਹੇ ਹੋ ਹਾਂਜੀ ਅੱਜ ਸ਼ੁਕਰਾਨਾ ਕਰਨ ਨਾਲ ਜਾ ਰਹੇ ਹੋ ਹਾਂਜੀ ਹਾਂਜੀ ਦਰਬਾਰ ਸਾਹਿਬ ਜਾ ਰਹੇ ਕਿਉਂਕਿ ਪਰਮਾਤਮਾ ਦੀ ਕਿਰਪਾ ਬੜੀ ਰਹੀ ਹੈ ਅੰਦੋਲਨ ਦੇ ਉੱਤੇ ਹਾਂਜੀ ਬਹੁਤ ਵਧੀਆ ਜੀ ਪਰਮਾਤਮਾ ਦੀ ਕਿਰਪਾ ਨਾਲ ਹੀ ਜਿੱਤ ਹੋਈ ਆ ਜੀ ਤਾਂ ਜਾ ਰਹੇ ਹੈ ਦਰਬਾਰ ਸਾਹਿਬ ਤਾਂ ਜਾ ਰਹੇ ਜੀ ਹਾਂਜੀ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਕਦੇ ਪਰਮਾਤਮਾ ਨੂੰ ਵਿਸਾਰਿਆ ਨਹੀਂ ਕਦੇ ਭੁੱਲਿਆ ਨਹੀਂ ਤਾਂ ਉਹ ਕਿਸਾਨਾਂ ਦਾ ਹੀ ਕਹਿਣਾ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੀ ਜਿੱਤ ਹੋਈ ਹੈ ਤੇ ਇਸੇ ਲਈ ਆ ਦਰਬਾਰ ਸਾਹਿਬ ਅੱਜ ਸ਼ੁਕਰਾਨਾ ਕਰਨ ਵਜੋਂ ਕਿਸਾਨਾਂ ਨੇ ਤੁਰਨਾ ਆ ਤਾਂ 10:30 ਵਜੇ ਦਾ ਪ੍ਰੋਗਰਾਮ ਸੀ ਤਾਂ ਇੰਨਾ ਕੁ ਸਮਾਂ ਹੋ ਚੁੱਕਿਆ ਹੈ ਪਿੱਛੋਂ ਕਿਸਾਨ ਆਗੂਆਂ ਦੇ ਜਿਹੜੇ ਕਾਫਲੇ ਨੇ ਉਹ ਤੁਰ ਪਏ ਨੇ ਤੇ ਕਿਸਾਨਾਂ ਦੀਆਂ ਖੁਸ਼ੀਆਂ ਤੁਸੀਂ ਦੇਖੋ ਕਿਵੇਂ ਝੂਮ ਰਹੇ ਨੇ ਭੰਗੜੇ ਪਾ ਰਹੇ ਨੇ ਕਿਸਾਨ ਸਾਡੇ ਬਜ਼ੁਰਗ ਬਾਬੇ ਕੀ ਹਾਲ ਚਾਲ ਨੇ ਜੀ ਠੀਕ ਠਾਕ ਕੀ ਹਾਲ ਚਾਲ ਨੇ ਜੀ ਹਾਂਜੀ ਕੀ ਹਾਲ ਚਾਲ ਨੇ ਜੀ ਵਧੀਆ ਜੀ ਵਧੀਆ ਚੜ੍ਹ ਗਿਆ ਠੀਕ ਨਹੀਂ ਆ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਹੁਣ ਪਰਮਾਤਮਾ ਦਾ ਸ਼ੁਕਰਾਨਾ ਕਰਨ ਜਾ ਰਹੇ ਹੋ ਵੇਖੋ ਜੀ ਜਿਹੜੀ ਜਿੱਤ ਹੁੰਦੀ ਆ ਗੁਰੂ ਸਾਹਿਬ ਨੇ ਆਪਣੀ ਜਿੱਤ ਕਰਤੀ ਆ ਜਿੱਤ ਤੋਂ ਬਾਅਦ ਜਿਹੜਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ 32 ਕਿਸਾਨ ਯੂਨੀਅਨ ਦੇ ਜਿਹੜੇ ਨੁਮਾਇੰਦੇ ਆ ਔਰ ਸਾਰੀ ਸੰਗਤ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਦਰਬਾਰ ਸਾਹਿਬ ਜਾ ਰਹੀ ਆ ਔਰ ਗੁਰੂ ਸਾਹਿਬ ਦੇ ਸਦਕਾ ਹੀ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਆ ਅਤੇ ਇਹ ਕੋਈ ਛੋਟੀ ਮੋਟੀ ਜਿੱਤ ਨਹੀਂ ਹੈ ਬੜੀ ਵੱਡੀ ਜਿੱਤ ਹੈ ਖਾਸ ਕਰਕੇ ਪੰਜਾਬ ਦੇ ਲਈ ਬੜੀ ਵੱਡੀ ਜਿੱਤ ਹੈ ਇਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਦਰਬਾਰ ਸਾਹਿਬ ਜਾ ਰਹੇ ਹਾਂ ਇੰਨੇ ਕਹਿੰਦੇ ਹੋਏ ਅੰਦੋਲਨ ਦੇ ਵਿੱਚ ਬੜੀਆਂ ਗੱਲਾਂ ਹੋਈਆਂ ਕਦੇ ਅੰਦੋਲਨ ਥੱਲੇ ਗਿਆ ਕਦੇ ਉੱਪਰ ਗਿਆ ਹੁਣ ਤੁਸੀਂ ਅੰਦੋਲਨ ਜਿੱਤ ਚੁੱਕੇ ਹੋ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਉਹਨਾਂ ਦੇ ਨਾਲ ਵੀ ਲੜਨ ਨੂੰ ਤਿਆਰ ਬੈਠੇ ਹੋ ਵੇਖੋ ਜੀ ਜਿਹੜੀ ਇੱਕ ਵਾਰ ਹੁਣ ਆਪਣੀ ਦਿੱਲੀ ਤੋਂ ਆਪਾਂ ਜਿਹੜੇ ਵੀ ਲੈ ਕੇ ਤੁਰੇ ਸਾਂ ਆਪਾਂ ਜਿਹੜੇ 3 ਕਾਨੂੰਨ ਰੱਦ ਕਰਵਾ ਲਏ ਨੇ ਹੁਣ ਜਿਹੜੇ ਅਗਲੇ ਮੁੱਦੇ ਨੇ ਪੰਜਾਬ ਦੇ ਮੁੱਦੇ ਨੇ ਜਾਂ ਕੋਈ ਵੀ ਹੋਰ ਨੇ ਉਹਨਾਂ ਨੂੰ ਆਪਾਂ ਅਗਲੇ ਲੈਵਲ 'ਤੇ ਲੜਨ ਲਈ ਬਿਲਕੁਲ ਤਿਆਰ ਹਾਂ ਜਿਹੜੇ ਵੀ ਮੁੱਦੇ ਜਿਸ ਤਰ੍ਹਾਂ ਵੀ ਅੱਗੇ ਆਉਣਗੇ ਉਸ ਤਰ੍ਹਾਂ ਜਥੇਬੰਦੀਆਂ ਜਿਵੇਂ ਵੀ ਫੈਸਲਾ ਲੈਣਗੀਆਂ ਆਪਾਂ ਉਸੇ ਤਰ੍ਹਾਂ ਲੜਦੇ ਚੱਲਾਂਗੇ ਸਿਆਸੀ ਆਗੂ ਕਿਸਾਨ ਆਗੂ ਰਾਜਨੀਤੀ ਦੇ ਵਿੱਚ ਆਉਣੇ ਆ ਤਾਂ ਸਪੋਰਟ ਕਰੋਗੇ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਇਹ ਚੀਜ਼ਾਂ ਚਾਹੁੰਦੇ ਹਾਂ ਕਿ ਸਾਡੇ ਕਿਸਾਨ ਵੀਰ ਅੱਗੇ ਆਉਣ ਸਾਡੀ ਆਪਦੀ ਸਰਕਾਰਾਂ ਹੋਣ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਔਰ ਅਸੀਂ ਚਾਹੁੰਦੇ ਹਾਂ ਬੇਨਤੀ ਕਰਦੇ ਹਾਂ ਨੁਮਾਇੰਦਿਆਂ ਨੂੰ ਸਾਡਿਆਂ ਨੂੰ ਕਿ ਤੁਸੀਂ ਅੱਗੇ ਆਓ ਇਲੈਕਸ਼ਨ ਦੇ ਵਿੱਚ ਖੜ੍ਹੇ ਹੋਵੋ ਅਸੀਂ ਸਪੋਰਟ ਕਰਨ ਲਈ ਬਿਲਕੁਲ ਤਿਆਰ ਹਾਂ ਕਿਸਾਨ ਨੇ ਪੂਰੀ ਸਪੋਰਟ ਕਰਨ ਨੂੰ ਤਿਆਰ ਨੇ ਸਾਰੇ ਇਹੀ ਚਾਹੁੰਦੇ ਨੇ ਜਾਂ ਤੁਹਾਡੇ ਵਿਚਾਰ ਕੁਝ ਵੱਖਰੇ ਨੇ ਸਪੋਰਟ ਕਰੋਗੇ ਕਿਸਾਨਾਂ ਦੀ ਕਿਸਾਨ ਆਗੂਆਂ ਦੀ ਸਿਆਸਤ ਦੇ ਵਿੱਚ ਆਉਂਦੇ ਨੇ ਹਾਂਜੀ ਸਰ ਬਿਲਕੁਲ ਅਸੀਂ ਕਿਸਾਨ ਜੇ ਕਿਸਾਨ ਆਗੂ ਆਉਂਦੇ ਨੇ ਅਸੀਂ ਇਹਨਾਂ ਦੀ ਬਿਲਕੁਲ ਸਪੋਰਟ ਕਰਾਂਗੇ ਤੇ ਅਸੀਂ ਇਹਨਾਂ ਦੇ ਨਾਲ ਆ ਬਿਲਕੁਲ ਸਾਰੇ ਨਗੇ ਨਾਲ ਆ ਤੇ ਅਸੀਂ ਤੇ ਇਹ ਹੀ ਆਉਣ ਵਾਲੀ ਪੀੜ੍ਹੀ ਨੂੰ ਕਹਾਂਗੇ ਵੀ ਅਸੀਂ ਸਾਰੇ ਇੱਕ ਆ ਇੱਕ ਰਹਾਂਗੇ ਅੱਜ ਵੇਖੋ ਜੀ ਮੋਦੀ ਸਰਕਾਰ ਜਿਹੜੀ ਗੋਡਿਆਂ ਪਰ ਨਹੀਂ ਵੱਜੀ ਏ ਜਿਹੜੇ ਸਾਨੂੰ ਕਹਿੰਦੇ ਸੀ ਅੱਤਵਾਦੀ ਨਕਲਵਾਸੀ ਜੋ ਵੀ ਕਹਿੰਦੇ ਸੀ ਉਹਨਾਂ ਨੂੰ ਵੀ ਅੱਜ ਪਤਾ ਲੱਗ ਗਿਆ ਅਸੀਂ ਉਹਨਾਂ ਦੀ ਬੜਾ ਧੰਨਵਾਦ ਕਰਦੇ ਹਾਂ ਤੇ ਜਿਹੜੇ ਜਿਹਨਾਂ ਨੇ ਸਾਨੂੰ ਅੱਤਵਾਦੀ ਵੱਖ ਵੱਖ ਹੀ ਕਿਹਾ ਸੀ ਉਹਨਾਂ ਨੂੰ ਜਵਾਬ ਦੇ ਤਾ ਉਹਨਾਂ ਦਾ ਅਸੀਂ ਉਹਨਾਂ ਦੀ ਬੜਾ ਧੰਨਵਾਦ ਕਰਦੇ ਹਾਂ ਸਾਡੇ ਜੀ ਆਇਆਂ ਨੂੰ ਅਸੀਂ ਇੱਕ ਮੋਠਾ ਸਾਡੀਆਂ 32 ਜਿਹੇ ਬੰਦੀਆਂ ਇੱਕ ਇੱਕ ਮੋਠਾ ਅਸੀਂ ਬਹੁਤ 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 ਧੰਨਵਾਦ ਕਰਦੇ ਹਾਂ ਸਾਰੀਆਂ ਪਾਰਟੀਆਂ ਦਾ ਅਤੇ ਸਾਡੇ ਬਬਲੀਰ ਸਿੰਘ ਰਾਜੇਵਾਲ ਸੀ ਜਿਨ੍ਹਾਂ ਨੇ 1 ਸਾਲ ਤੋਂ ਬਹੁਤ ਬਹੁਤ ਵੱਡਾ ਸੰਘਰਸ਼ ਕੀਤਾ ਹੈ ਅਤੇ ਬੜੇ ਸੂਝਵਾਨ ਲੀਡਰ ਨੇ ਅਸੀਂ ਇਹਨਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿਸਾਨ ਆਗੂ
कुछ के समय च पहुंचने वाले ने इतों एकत्र होकर दरबार साहब वाल जाएंगे। पर वड्डी गल इह है कि पंजाबियों ने कोई भी कार्ज आरंभिया अते उन्हों जो फतेह किया तो परमात्मा दे अगे अरदास करके ही कार्ज आरंभे ने अते फतेह होने तो बाद परमात्मा का शुकराना जिहड़ा वह जरूर किया। उस ढंग दे नाल किसानां ने गुरु घरां दे विच अरदास करके तुरे सी ते अज फिर गुरु घरां दे विच जाके शुकराना करन जा रहे ने। हाँ जी की कहना चाहोगे जी? प्रगट सिंह सकत्तर पंजाब भारती किसान यूनियन राजेवाल, गुरु साहब ने गुरु रामदास ने रहमत की कृपा की मेरे बापू ने, क्योंकि अब शुकराने की अरदास मेरे बापू के दरबार कर चले हाँ। टिकरी बार्डर चलाया है एक साल से 16 दिन चला के आए हैं। वाहगुरु ने रहमत की मालवा सारा नैशनल हाईवे 54 तो जाएगा। सानू अज जोड़े झाड़न की मेरे बापू ने सेवा देती है, वो जोड़े असं झाड़ रहे हैं। जित की खुशी है तुम वेख रहे हो, पूरे देश के किसान झूम रहे हैं, फुलों की वर्खा हो रही है, रहमत होगी दुनिया से दस्तार मेरे बाजा वाले की उच्ची करके दिल्ली के बार्डर तो मुड़े हैं। वाहगुरू ने कृपा करती रिश्तेदारियां बना के नातेदारियां बना के जी छवि खराब कहें सरदारा की 100 साल वास्ते मेरे बापू की पग उच्ची करके मुड़े हैं। बाबे नानक दे लंगर ने बड़ा साथ दिता किसानों का, वो जिहड़े किसे देखिया भी नहीं था कि गुरु दे सिख सेवा किवें करदे आ, उन्हां नूं भी पता लग गया कि जिहड़े पंजाबी ने गुरु दे सिख ने किवें लोगों का ढिड भरदे ने। जिहड़े लोग जिथे तुसीं अंदोलन करिया जाके जिथे बैठे जाके जदों तुसीं उत्थे आए हो, वह लोगों का कहना सी कि किसान इतों जाने नहीं सी चाहिए, सानू फ्री च लंगर छकाउंदे सी, असीं इन्हां वर्गे जिहड़े रब वर्गे लोग कदे देखे नहीं। वड्डियां जित्तां इस अंदोलन दे विचों वर्ल्ड रिकॉर्ड बनाए आ। तुसीं रोंदे वेखो, रोण सानू भी आया, एक साल 16 दिन रहे हैं, प्यार दियां तंदां मजबूत हुई, जात पात जमात बरादरी की कंध दिल्ली के बार्डर से ढा दी सरदारा ने। इस करके वड्डियां सांझां हरियाणे पंजाब दियां खास करके कायम करके मुड़े हैं। वाहिगुरू ने रहमत की है, मेरे पातशाह की कृपा हुई है, सचखंड हरिमंदर साहब तो अरदास होंदी सी चढ़दी कला की, मेरे बापू ने अज गुरु रामदास के दरबार च जाके अज चरना जिहड़े उन्होंने मिट्टी जिहड़ी मत्थे नूं लाउणी है, क्योंकि मेरे पातशाह की कृपा हुई है। तो सरदारा की छवि दुनिया के कले हिंदुस्तान च नहीं दुनिया के जिहड़ा लोगो देंदे सी अतवादी वक्खवादी साबित करके रख दिता, रहमत की मेरे पातशाह ने, बख्शिश की है। तुम वेख लो अज खुशी च किसान झूमन डे आ। 19 तरीक तो मेरे बाबे नानक का 552 पुरब से, उदन भी खुशी झोली च पाई, और हिंद की चादर गुरु तेग बहादुर उन्होंने शहीदी पुरब से जिहड़ा बिल्कुल फाइनल मैच जितया जित के मुड़े आ। गुरु ने रहमत की, जाके वेखो दिल्ली वाले लोग रो रहे ने, वरतते रहोगे ना लोगों जो साझा पा, क्यों नहीं जी, जड़िया प्यार दियां साझा पै गई नहीं टुटनगियां हुण, क्योंकि ये सरकार ने सोचा सी असीं इन्हां नूं रोल देंगे जात पात जमात बरादरी च वंड देंगे, पर जिन्हों अकाल पुरख डीड कर रहा पहले दिन तो क्या सी अंदोलन कोई लीडर नहीं लड़ रहा, इनू अकाल पुरख की सर्ब छाया के थले लड़िया गया, और अकाल पुरख की मेहर सदका ये जित प्राप्त किसानों की जी देश के किसानों की हुई है। ये कली दुनिया के जोड़ा असी रिकॉर्ड कायम करता मेरे पातशाह ने, सरदारा की शवा 2% वाले ने दुनिया से डेंका वज गया और दुनिया फतेह कर दी है जी, क्योंकि खुशी सुभाव के भारत के जो की मोदी सरकार सत्ता दे आई है तो उस तो बाद बड़े अंदोलन लड़े गए हैं। CAA का विरोध किया गया, जो कश्मीर के धारा तोड़ी सी उसका विरोध भी किया गया है, पर कोई अंदोलन सफल नहीं हो सकया। एक विचारधारा बन गई सी कि मोदी सरकार कदे झुकती नहीं, मोदी सरकार के सामने कोई अड़दा तो उसनों झुकना पैंदा है, पर जदों पंजाबियों नाल मोदी सरकार ने मत्था लिया तो मोदी सरकार नूं लग्या पता कि हाँ दुनिया उत्ते मर्द लोग वसदे ने, तो वह मर्द लोग किवें लड़दे ने, इन्हां लोगों ने दस्या कि लड़ाई किवें लड़ी दी है, शांतमई ढंग दे नाल रह के जाबर हुकूमतां नूं किवें झकाई दा, आखर नूं मोदी सरकार नूं झुकना पिया। तो अज बाबे नानक दे सिख बाबे नानक दे दर ते जाके गुरु रामदास दे दर ते कीती गई अरदास कदे इदा नहीं जाती कि खाली मुड़ जाए, बाबे नानक के दर से गुरु रामदास जी के दर से की गई अरदास हमेशा सफल हुई है। हर सिख ने, हर पंजाबी ने, हर गुरु घर के वे दोनों टाइम किसानों ने जितनी अरदासा की जाते उन्होंने अरदसा का किसानों फल मिले, तो अज किसान जितना शुकराना करने लई श्री दरबार साहब श्री अमृतसर साहब जा रहे हैं। किसानों की जितनी खुशी इन्नी है कि जदों का जित का ऐलान होया उदों दियां इन्हां दियां लुड्डियां नहीं रुकियां, किसान उदों दियां लुड्डियां पा रहे हैं। साडे नाल बजुर्ग ने, एक उन्होंने भी गलबात करांगे, बाबा जी भी बड़ा सोहना, उम्र बहुत ज़्यादा हो चुकी है पर खुशी जान तली दे तर के उत्थे गए सा, तली दे तर के ही आवांगे, चाहे मरांगे चाहे मुकांगे ते चाहे जितांगे, गल इथो ही उत्थे होना। आंदे ही अतवादीए आ गए, अतवादीए ते कुड़ियां नूं बाहर नहीं निकल देंदे, जदों कुड़ियां ने वेख्या भी अहीं जाना है जाके वेहने
उत्थे जो आईया कुड़िया धीए भैने इतना बुला बुला के कुड़िया नू गां कढ़िया अपने आपो अपने कम्मां दे गईयां ने उह जदों आण के मावां नू दस्सिया उहनां ते मावां ने आख्या जे इहो जे जी आ खोर हो सकदा वी उहनां कोठियां दे चढ़ के वेखे होण कोठियां दे चढ़ के वेखण दे विच उहनां जदों वेख्या ते उहनां आख्या वी बूहे ला दिओ सारे बाहर अंदर जाण वास्ते उहनां नू चीज दिओ अं कोठियां से चढ़ के लैटना बनिया ही उत्थे जाके लैटना करते रहे हैं नहाते भी रहे हैं स्नान भी करते रहे हैं सानू कोई डिकट नहीं गई आई पहले दिन बाबा जी 11 महीने लगातार टिकरी बार्डर उत्ते डटे रहे ने बाबा जी घरे मुड़न जी नहीं कर मैं ना घरे मुड़न जी नहीं तो घरे जी नहीं लगता जो इतों 10 दिन रेंदे हाँ तो 20 दिन उत्थे रेंदे स हिसाब से उत्थे तो साडा ऐ जुट बनिया जेड़े हरियाणे वाले ने जिदन अं आने उदन रो के उन्हें विखाया भी असी निखर चले हाँ इतों तक गल् हो भैन भी जड़िया ना भैन भी मिलदिया रही हूँ कदों मिलेंगे उत्थे इन्होंने आवाज दी ही भी अं 3 धरने इतने लाया करा 3 मीटक करा साल के आन के उत्थे मीटक भी जाके करा हाँ जिहड़े पंजाब वास्ते कदे कहा जांदा सी कि पंजाब निगरदा जा रहा पंजाब दा भविख खतरे दे विच डुब जूगा तो उस पंजाब ने दस्सिया सरकारां नूं कि पंजाब की है पंजाब किवें उठदा ते पंजाब किवें लड़दा ते अज पंजाब ने पूरी दुनिया दे विच मिसाल पैदा करती है कि लड़िया किवें जांदा अपने हक किवें लए जांदे ने जरूरी नहीं कि तुसीं हर वेले हिंसक हो जाओ क्योंकि सरकारां ने बड़ी कोशिश की सी इस अंदोलन नूं भी कि हिंसक कर दिता जाए भंड दिता जाए कदे इन्हां नूं अतवादी कहता कदे माओवादी कहता कदे कहता कि पाकिस्तान तों फंडिंग आ रही है कदे किसे नाल लिंक जोड़ते कदे किसी ना लिंक जोड़ते पर बाबे नानक दे सिख दे पंजाबी ते जिहड़ा होर भाईचारा कायम होया हरियाणे दा यूपी दा भाई भाई बन गए वह डटे रहे उन्होंने सबर रख्या ते सबर दी जिहड़ी ओह जित है साडे बजुर्गां दा जिहड़ा जोश ओह दसदा आ कि किवें कि किवें किन्नी जज्बे दे नाल साडे लोक इत्थे लड़े ने ते किन्नी वड्डी जित प्राप्त करके दिल्ली तों मुड़े ने ते होर वी साडे नाल इत्थे बजुर्ग ते होर जिहड़े किसान ने ओह मौजूद ने उहनां नाल गलबात करदे हां जी मैं जी लखविंदर सिंह पीरमा प्रधान भी कजू राजे वादू सिंह पंजाब बेनती भी जोड़ा अंदोलन किसान अंदोलन से कल किसान का नहीं मजदूर का नहीं है यह हर उस इंसान का अंदोलन से जोड़ा 2 वक्त रोटी खा के आपका पेट पालता से जो असं पहले उत्थे नवे अंदोलन से गए सरकार को स्रोत बहुत होंगे और सरकार ने बहुत जोर लाया साढ़े भी कभी सूँ अतवादी दसिया कभी वक्वादी दसिया कभी उन्हें दसिया भी फंडिंग पाकिस्तान करता चीन करता उत्थे भी एक पत्रकार का मैं सवाल का जवाब दिता ही मैं सूँ फंडिंग होंगी है पाकिस्तान करता तो पाकिस्तान तो सानू फंडिंग होंगी है बाबे नानक के सच्चा शब्दा तो जिहड़ा गुरु नानक देव ने 20 रुपये लंगर चलाया से उन्होंने अज 550 तो उपर साल हो चुके हैं तो यह नहीं जी दुनिया तक चलता है तो यह फंडिंग रोक नहीं सकती है मीडिया जिन्ना मर्जी गोदी रौला पाले ज लीडर पालन ये फंडिंग जी उमें चलती रहेगी दूसरी गल उ जाके इन्ना प्यार मिलया मैं आम भी गल करता भी मेरे को बच्चिया आईया 3 सी तो वह कहेंदियां भी अंकल जी खाण पीन वास्ते वासन चाहिए तो मैंने उन्हें सानू खाण वास्ते कुछ दो चाह पियाओ मैं क्या भी फिर पियावगा सानू उस दिन 6 महीने हो गए सी मैं क्या पहला दसो भी साडी इतों जाण कदों चाहोगे असीं घर नूं कदों वापस जावांगे वह कहिंदी मैं कल नूं हनुमान नूं पुछ के फिर दसांगी दूसरे दिन फिर जदों आई मैं पुछिया हाँ की गल है वह आंदी मैं कहती हूँ तुम कभी ना जाओ और मैं 2 मिनट चुप कर गया जज्बाती जिहा हो गया भी परमात्मा इन्हां दी मन्ने कि साडी मन्ने तो सही घरों जाइए या जाइए मैं आख्या भी तू ये गल मैं कल भी कह सकती कल क्यों नहीं कही थी अभी हमने हनुमान से पूछना था पर मुझे पता था कि हनुमान ने यही कहना है कि ये कभी ना जान मैं क्यों और तुम चले जाओगे तो हम भुखे मर जाएंगे बहुत होया उस तो जिदन असं अंदोलन तो किया मोदी साहब ने ऐलान करता भी मैं काले कानून वापस लिना खुशियां वजिया ढोल टपके उत्थे होए होए सारा कुछ होया पर मैं लगा उन्होंने अचानक 77 साल का बजुर्ग से अगों टकरिया कहिंदा गुरु जी नमस्कार और मैं इन्ना जज्बाती हो गया भी बहुत ज़्यादा मेरे अखा पानी आ गया इन्ना पंजाब हरियाणे का जोड़ा इन्ना SYL का जो दूजा हिंदू सिख का पारा पाया सी वो पारा अंदोलन ने खत्म करता और साडे पंजाबियां ही खास करके जेडे सिखां दे मत्थे भी लड़ाके बड़े ने ये अतवादी ने फलान ने ढींग ने उनकी जी एक छवि है सारे संसार के वधिया करती है और ये असं इन कितनी चेर ही संभाल सकते हैं ये साडे ते निर्भर करता है लोगों का जरा मना सत्कार ताडे प्रति बहुत ज़्यादा है और इनू संभाल के रखना चाहिए बाबा जी ने बड़ी घैंट सिंह साहब ने बड़ी वधिया गल दसी है कि
दिल्ली सरकार को दसिया कि सानू फंड कित्थों आउंदा है। फंड आउंदा बाबे नानक दे दर तों, बाबे नानक दा दर ननकाणा साहिब पाकिस्तान। सरकारां भी सही कहिंदे कि पाकिस्तान आउंदा, हाँ जी आउंदा पाकिस्तान तों फंड, पर आउंदा बाबे नानक दे दर तों, क्योंकि पाकिस्तान की जिहड़ी एजेंसी है वो तो फंड नहीं आउंदा। इत्थे भी बाबे नानक दे सिखां ने लंगर लगाया होया, पकौड़े दा लंगर पहले दिनां तों पीज़ियां दे लंगर लगाए ने, इत्थों तक कि बत्तियां दे कोल्ड ड्रिंक्स दे ना, सारियां जिहड़ियां चीज़ां दे वो लोकां ने जिन्हां नूं सरकारां ने भुख्या मारन वास्ते छड़ता सीगा, जिहड़े झौंपड़ियां झुग्गियां दे विच रहिंदे सी, उन्हां नूं जाके पंजाबियों ने लंगर छकाए मुफ्त दे विच, उन्हां दा ढिड भरिया उन्हां लोकां दा जाके। अज उह लोक इह कह रहे सी कि तुसीं इत्थों ना जाओ, सरकारां तों उन्हां लोकां नूं कोई उम्मीदां नहीं रहियां, उन्हां नूं उम्मीदां रहियां पंजाबियों तों, बाबे नानक दे लंगर तों, कि इन्हां ने साडा ढिड भरिया। आ के सरकारां ने जिन्हां दा कदे दो वक्त दियां इक वक्त दी रोजी रोटी नहीं जिन्हां नूं दे सकी, जिन्हां रोटी नहीं सरकार दे सकी, इन्हां किसानां ने जाके उन्हां दे ढिड भरे ने, ते अज उन्हां दे ओह लोक रो रहे ने, किसान ना जाण इह जिहियां गल्लां उह कर रहे सी। इन्ना प्यार इन्हां लोकां दा पूरी दुनिया नूं दिखाया कि किवें दुनिया दा असीं ढिड वी भरन जाणदे, अन्नदाता किवें आ, किसान अन्नदाता आखिर क्यों कहा जांदा, इसे गल्लां करके किसान नूं अन्नदाता कहा जांदा, क्योंकि तुसीं जे किसे किसान दे खेत चों कोई मूलियां पट लवे जां कोई सब्जियां पट लवे जां कोई कणक जां कुछ भी लै लवे उहदे कोलों, किसान तुहानू रोकदा नहीं, पर किसे कारपोरेट घराणे तों तुसीं एक रुपया छड़ा के दिखा दो तुहानू उह नहीं छड्डेगा। इही फर्क है, इसे लई किसानां नूं जिहड़ा कि अन्नदाता आखिया जांदा। होर भी बई साडे नाल इत्थे मौजूद ने, वड्डा जिहड़ा वड्डा इकट्ठ इत्थे हो चुक्किआ आ, इत्थों किसानां ने एकत्र हो के दरबार साहब शुकराने वजों जाना आ, शुकराना करना आ, अंदोलन की फतेह हुई है, किसानों की बहुत वड्डी जित हुई है। बड़े बड़िया ताकत सी जिहड़ियां कह रही सी कि नहीं जित होगा, मोदी सरकार झुकदी नहीं, पर ਪੰਜਾਬੀਆਂ ਨੇ ਕਰ ਦਿਖਾਇਆ, ਪੰਜਾਬੀਆਂ ਨੇ ਦਿਖਾਤਾ। ਬਾਬਾ ਜੀ ਕੀ ਨਾਮ ਹੈ ਜੀ? ਮੈਂ ਸਿਕੰਦਰ ਸਿੰਘ ਬ੍ਰਾਹਮਕੇ ਜੀ, ਜ਼ਿਲ੍ਹਾ ਪਤਾਨ ਮੋਗਾ, ਭਾਰਤ ਕਿਸਾਨ ਰਾਜੇਵਾਲ ਜੀ। ਕੀ ਕਹਿਣਾ ਚਾਹੋਗੇ ਅੱਜ, ਕਿਵੇਂ ਮਹਿਸੂਸ ਕਰਦੇ ਹੋ, ਕਿੰਨੀ ਕੁ ਖੁਸ਼ੀ ਆ ਹੁਣ? ਅੱਜ ਦੁਨੀਆ ਦੀ ਸਭ ਤੋਂ ਵੱਡੀ ਇਤਿਹਾਸਕ ਜਿੱਤ ਅਸੀਂ ਪ੍ਰਾਪਤ ਕੀਤੀ ਹੈ। ਅੱਜ ਆਉਣ ਵਾਲੇ ਜੇ ਬੱਚੇ ਸਾਡੇ ਯਾਦ ਕਰਨਗੇ ਬਜ਼ੁਰਗਾਂ ਨੇ ਜੇ ਜਿਹੜਾ ਸੰਘਰਸ਼ ਲੜਿਆ ਸੀ, ਅੱਜ ਦੁਨੀਆ ਵਿੱਚ ਸਾਡੀਆਂ ਗੱਲਾਂ ਹੋ ਰਹੀਆਂ ਨੇ, ਪਰ ਰਾਜੇਵਾਲ ਸਾਨੂੰ ਇਹ ਗੱਲ ਕਹੀ ਸੀ ਸ਼ਾਂਤੀ ਬਣਾ ਕੇ ਰੱਖਿਓ, ਸ਼ਾਂਤੀ ਸਭ ਤੋਂ ਵੱਡਾ ਹਥਿਆਰ ਹੈ, ਜੇ ਹਿੰਸਕ ਹੋ ਗਏ ਫਿਰ ਮੋਦੀ ਜਿੱਤੇਗਾ ਤਾਂ ਆਪਾਂ ਹਾਰਾਂਗੇ। ਇਸ ਕਰਕੇ ਸਾਨੂੰ ਅੱਜ ਇਹ ਹੀ ਅਪੀਲ ਕਰਦੇ ਗਏ, ਤੁਸੀਂ ਸ਼ਾਂਤੀ ਬਣਾ ਕੇ ਬਣਾ ਕੇ ਸ਼ਾਂਤੀ ਬਣਾ ਰੱਖੋ। ਪਰ ਅੱਜ ਸਾਨੂੰ ਵਿਸ਼ਵ ਮੰਨਦਾ ਪਿਆ, ਜਿਹੜੇ ਜਦੋਂ ਅਸੀਂ ਤੁਰਨ ਲੱਗੇ ਹਾਂ ਜਿਹੜੇ ਡਿਗਰੀ ਪੜ੍ਹਦੇ ਲੋਕ ਸੀ, ਕਹਿੰਦੇ ਪਿਤਾ ਜੀ ਨਾ ਜਾਓ, ਸਾਡੇ ਰੋਣ ਲੱਗ ਪਏ ਹੋ, ਕਹਿੰਦਾ ਪੰਜਾਬੀ ਇੰਨੇ ਵਧੀਆ ਨੇ ਜਿਨ੍ਹਾਂ ਨੇ ਲੰਗਰ ਲਗਾਇਆ ਹੈ, ਉਹ ਫ੍ਰੀ ਖਾਣਾ ਸਾਨੂੰ, ਕਾਜੂ ਬਦਾਮ ਖਵਾਏ ਨੇ, ਸਾਨੂੰ ਦੁੱਧ ਪਿਆਇਆ, ਸਾਡੀ ਹਰ ਇੱਕ ਮਦਦ ਕੀਤੀ ਹੈ, ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਭਾਵੇਂ ਹਿੰਦੂ ਹੈ ਭਾਵੇਂ ਸਿੱਖ ਭਾਵੇਂ ਮੁਸਲਮਾਨ ਹੈ, ਸਾਰੇ ਧਰਮਾਂ ਸਿੱਖ ਸਦ ਸਿਰ ਸਿੱਖ ਆਪਣਾ ਸਤਿਕਾਰ ਕਰਦੇ ਨੇ। ਹਾਂਜੀ, ਧੰਨਵਾਦ। ਤੁਹਾਨੂੰ ਦਿਖਾ ਦਈਏ ਕਿ ਜਿਹੜਾ ਇਕੱਠ ਹੈ ਉਹ ਵੱਡੀ ਗਿਣਤੀ ਦੇ ਵਜੋਂ ਸ਼ੁਕਰਾਨਾ ਕਰਨ ਵਜੋਂ ਕਿਸਾਨਾਂ ਨੇ ਜਾਣਾ, ਤਾਂ ਬੋਰਡ ਜਿਹੜੇ ਨੇ ਉਹ ਲਗਾਏ ਹੋਏ ਨੇ, ਅਤੇ ਇੱਧਰ ਪਕੌੜਿਆਂ ਦੇ ਲੰਗਰ ਚੱਲ ਰਹੇ ਨੇ, ਅਤੇ ਨਾਲ ਡੀਜ਼ੇ ਆ ਜਿਹੜਾ ਕਿਸਾਨਾਂ ਨੇ ਉਹ ਵੀ ਲਗਾਇਆ ਹੋਇਆ, ਪਕੌੜਿਆਂ ਦੇ ਲੰਗਰ ਚੱਲ ਰਹੇ ਨੇ, ਡੀਜ਼ੇ ਲਾ ਕੇ ਕਿਸਾਨ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ। ਅਤੇ ਉਸ ਪਾਸੇ ਨੂੰ ਜਿਹੜੇ ਕਿਸਾਨ ਨੇ ਉਹ ਆਏ ਹੋਏ ਨੇ ਵੱਡੀ ਗਿਣਤੀ ਦੇ ਵਿੱਚ, ਬੋਰਡ ਆ ਜਿਹੜੇ ਉਹ ਵਧਾਈ ਦੇ ਲਗਾਏ ਹੋਏ ਨੇ, ਹਾਰਦਿਕ ਸਵਾਗਤ ਦੇ ਜਿਹੜੇ ਬੋਰਡ ਨੇ ਉਹ ਲਗਾਏ ਹੋਏ ਨੇ, ਅਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਇਕੱਤਰ ਹੋਏ ਹੋਏ ਨੇ, ਚਾਪਣੀ ਛੱਕ ਰਹੇ ਨੇ, ਅਤੇ ਇੱਥੋਂ ਕਿਸਾਨਾਂ ਨੇ ਦਰਬਾਰ ਸਾਹਿਬ ਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਨਿਕਲਣਾ ਆ। ਇੱਥੋਂ ਕਿਸਾਨ ਤੁਰਨਗੇ ਮਖੂ ਤਿਕੋਣੀ ਦੇ ਉੱਤੇ ਅਸੀਂ ਖੜ੍ਹੇ ਹਾਂ, ਅਤੇ ਜਿੱਥੇ ਜੀ ਬਾਬਾ ਜੀ ਕੁਛ ਕਹਿਣਾ ਚਾਹੁੰਦੇ ਆ। ਹਾਂਜੀ ਬਾਬਾ ਜੀ, ਦੇਖੋ ਜੀ ਪਹਿਲਾਂ ਬਾਪੂ ਜੀ, ਬਾਪੂ ਤੁਸੀਂ ਇਹਨਾਂ ਨਹੀਂ ਬੋਲਣ ਦੇਣਾ, ਬੰਦ ਕਰਾਈਏ ਯਾਰ, ਬੰਦ ਕਰਾ ਦਈਏ। ਉਹ ਵੀ ਮੁੰਡਿਆਂ ਨੂੰ ਖੁਸ਼ੀ ਇੰਨੀ ਹੈ ਕਿ ਉਹ ਵੀ ਭੰਗੜੇ ਪਾ ਰਹੇ ਨੇ, ਨੱਚ ਰਹੇ ਨੇ, ਉਹ ਡੀਜੇ ਤਾਂ ਹੀ ਇੱਥੇ ਜਿਹੜਾ ਕਿਸਾਨਾਂ ਨੇ ਦੇਖੋ ਬੜੀ ਜਿਹੜੀ ਖੁਸ਼ੀ ਉਹ ਮਨਾਈ ਜਾ ਰਹੀ ਹੈ। ਡੀਜੇ ਦੀ ਆਵਾਜ਼ ਹੁਣ ਕੁਝ ਘਟਾਈ ਹੈ, ਕਿਉਂਕਿ ਬਾਬਾ ਜੀ ਕੁਝ ਕਹਿਣਾ ਚਾਹੁੰਦੇ ਆ ਜੀ। ਬਾਬਾ ਜੀ ਧੰਨਵਾਦ ਆ ਜੀ ਮੀਡੀਆ ਦੇ ਜਿਹਨਾਂ ਸਾਡੀ ਆਵਾਜ਼ ਬੁਲੰਦ ਕੀਤੀ ਆ, ਪਰ ਅੱਜ ਏਡਾ ਖੁਸ਼ੀ ਦਾ ਮਾਹੌਲ ਆ, ਅਸੀਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਜਾ ਰਹੇ ਹਾਂ। ਕਿਉਂ ਹੋਣ ਜਾ ਰਹੇ ਹਾਂ? ਕਿ ਸਾਡਾ ਮੋਰਚਾ ਸਫਲ ਹੋਇਆ, ਔਰ ਇਹ ਖੁਸ਼ੀ ਦੇ ਵਿੱਚ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਜਾ ਰਹੇ ਹਾਂ, ਅਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ, ਸਾਰੇ ਦੇਸ਼ ਨੂੰ ਵਿਦੇਸ਼ਾਂ ਦੇ ਵਿੱਚ ਵਧਾਈ ਦਿੰਦਾ ਵੀ ਸਾਰਿਆਂ ਦਾ ਸਾਂਝਾ ਮੋਰਚਾ ਇਹ ਸਫਲ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ। ਮਿੱਟੀ ਦੇ ਪੁੱਤ ਇਹ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਨੇ
कि इन्होंने दुनिया ने दसिया कि लड़ी का किवें अंदोलन किवें करीदे ने अपने हकों लिए डटी का किवें आते अज हुण शुकराने वजो श्री दरबार साहब श्री अमृतसर विखे जाया जाएगा। कुछ के समय के किसानों ने तो चाले पा देने ने वड्डी गिणती दे विच किसान इत्थे एकत्र हो रहे हैं, किसान आगू भी इत्थे आ रहे हैं, तो सब ने इकट्ठे होकर दरबार साहब जाके अरदास करनी है, शुकराने वजो परमात्मा का धन्नवाद करना है कि हर वेले गुरु घर अरदास हुंदी जी अरदास नू बूर पिया किसानों की सुनी गई है, सरकार झुकी है। हालांकि 734 किसानों अपनी कीमती जाना गवाणिया पईआं, 734 किसानों अपनी शहादत देनिया पईआं, शहीदियां देनिया पईआं, पर कोई भी लड़ाई है वह बिना शहीदियां तो नहीं जीती जा सकती। तो अज किसानों ने बड़ा वड्डा मुल भी उतारिया, 734 दे विच्चों 500 तो जिहड़े वध किसान सन वह पंजाब दे सन, पंजाब ने बड़ा वड्डा मुल इस किसान अंदोलन का उतारिया आ। पर पंजाब ने जो पंजाब की रीत सी, जो पंजाब शुरू तो करता हुंदा सी, वो गलू दोहराया, इतिहास में दोहराया आ, जाबर हुकूमत को झुकाया। तो तुम देखते रहे हो KTV UK। तो किसानों का अज श्री दरबार साहब के नतमस्तक होना, तुम पल पल की वो अपडेट जी जो जानकारी है विजुअल सारे दिखाते रहेंगे। बने रहो KTV चैनल के नाल। कैमरामैन सहयोगी अलजिंदर के नाल मैं मनदीप सिंह। वाहिगुरू जी का खालसा, वाहिगुरू जी की फतेह।